ਭਾਅ ਜੀ ਅੱਜ ਤੱਕ ਆਏ ਦਿਖਾਏ ਅੱਜ ਤੱਕ ਦਿਖਾਉਣ ਆਏ ਖਣੇ ਸਪੈਸ਼ਲ ਇਹ ਗੁਜਰਾਂਵਾਲੇ ਦੀ ਨਸਲ ਬਿਲਕੁਲ ਸੋਹਣੀ ਨਸਲ ਹੈ ਭਾਈ ਗੁਜਰਾਂਵਾਲੇ ਦੀ ਅਤੇ ਉਹਦੇ ਬਾਵਜੂਦ ਇਹ ਸੋਹਣੇ ਜਾਨਵਰ ਨੇ ਪਾਏ ਔਰ ਘੱਟ ਹੀ ਘੱਟ ਭਾਅ ਜਾਨ ਇਹਨਾਂ ਦਾ ਲੱਖ ਲੱਖ ਰੁਪਏ ਦਾ ਇੱਕ ਫਲ ਵਿਕਦੇ ਜਿਹੜਾ ਇਹ ਬੱਚਾ ਨਰ ਅਤੇ ਇਹ ਸਪੈਸ਼ਲ ਖਾਸ ਗੁਜਰਾਂਵਾਲੇ ਦੀ ਨਸਲ ਹੈ ਭਾਈ ਖਾਸ ਜੋ ਗੁਜਰਾਂਵਾਲੀ ਹੈ ਅੱਛਾ ਇਹ ਇਹਨਾਂ ਵਿੱਚ ਕਿਤਨਾ ਬੱਕਰੀਆਂ ਗਭਣਦੀਆਂ ਕਣਨ ਚਾਰ ਬੱਕਰੀਆਂ ਗਭਣਨ ਜ਼ਹਿਰ ਗਭਣਨ ਅੱਛਾ ਇਹ ਜਿਹੜੀ ਉਹ ਪਰਲੀ ਖੜੀ ਹੈ ਸਾਈ ਹੈ ਅੱਛਾ ਇਹਦੇ ਵਾਸਤੇ ਸਪੈਸ਼ਲ ਲੈ ਲਾ ਛੇਲਾ ਹਾਂ ਛੇਲਾ ਆਪਣਾ ਛੇਲਾ ਆਪਣਾ ਕਿਸੇ ਦੋਸਤ ਕੋਲ ਗਿਆ ਅੱਛਾ ਆਪਣਾ ਹੈ ਪਿਓ ਜਾਤੀ ਠੀਕ ਹੈ ਜ਼ਬਰਦਸਤ ਅੱਛਾ ਇਹਦੇ ਫਲ ਕਿਤਨਾ ਦਾ ਵੇਚਦੇ ਅੰਦਾਜ਼ਾ ਹਾਂ ਬੜਾ ਮਹਿੰਗਾ ਅੰਦਾਜ਼ਾ ਅੱਛਾ ਸੱਜਾ ਜਮ੍ਹਾਂ 20,000 ਰੁਪਏ ਦਾ ਹੈ ਇਹਦਾ ਅਤੇ ਇਹਦਾ ਵੱਡਾ ਤਿਆਰ ਥਿਆ ਖੜਾ ਹੋਵੇ ਕਿਤਨਾ ਦਾ ਵਿਕਦੇ ਅੱਛਾ 1.5 ਲੱਖ ਰੁਪਏ ਦਾ ਅਸਾਂ ਦਾ 1 ਲੱਖ ਰੁਪਏ ਦਾ ਆ ਕੇ ਖੜਿਆ ਸੀ ਵਾਹ ਵੀ ਵਾਹ ਕਿਆ ਬਾਤ ਹੈ ਭਜਨ ਸਿਰਫ ਲਾਕਡਾਊਨ ਹੈ ਲਾਕਡਾਊਨ ਦੀ ਵਜ੍ਹਾ ਤੋਂ ਅਸਾਂ ਭਜਨ ਸਿਰਫ ਸ਼ਿਕਾਰ ਤਾਂ ਕਹਿੰਦੀ ਵੇਂਦੇ ਖੜੇ ਸਾਰੇ ਇਲਾਕੇ ਦੇ ਵਸੇਬ ਦੇ ਜਿਹੜੇ ਜਾਨਵਰ ਹਨ ਪਏ ਅਸਾਂ ਤਾਂ ਕੋਈ ਦੋਸਤਾਂ ਕੋਲ ਉਹ ਦਿਖੇ ਨਹੀਂ ਖੜੇ ਹਾਂ ਵੀ ਕਿਹੜੀ ਨਸਲ ਦੇ ਹਨ ਕਿਹੜੀ ਨਸਲ ਦੇ ਨਹੀਂ ਅਤੇ ਮਕਸਦ ਸਾਰਾ ਸਿਰਫ ਸਮਝ ਵੀ ਤਾਂ ਇੰਜੋਇਮੈਂਟ ਉਹਦੇ ਜ਼ਿਆਦਾ ਜਿਹੜਾ ਸਾਰਾ ਟੋਪਿਕ ਪਿਆ ਉਹ ਸ਼ਿਕਾਰ ਦਾ ਟੋਪਿਕ ਪਏ ਭਜਨ ਅਤੇ ਦੋਸਤਾਂ ਦੀ ਨਹਿਤ ਗੁਜ਼ਾਰਿਸ਼ ਹੁੰਦੀ ਹੈ ਭਜਨ ਤੁਸੀਂ ਸਭ ਮੁਹੱਬਤ ਨਹੀਂ ਦੇਵੇ ਮੁਹੱਬਤ ਸਾਰੇ ਨਾਲ ਵੰਡ ਦੇਵੇ ਇਹ ਵੀ ਤੁਹਾਡੇ ਤੋਂ ਕਮਾਲ ਮਿਹਰਬਾਨੀ ਹੁੰਦੀ ਹੈ ਭਜਨ ਦੋਸਤਾਂ ਦੀ ਅਤੇ ਸਿਰਫ ਅਸਾਂ ਭਜਨ ਚਲੋ ਭਾਈ ਤਾਂ ਕੋਈ ਸੇਬ ਦੀਆਂ ਅੱਛੇ ਤੋਂ ਅੱਛੇ ਨਸਲ ਅੱਛੇ ਤੋਂ ਅੱਛੇ ਜਾਨਵਰ ਦੀ ਕਹਿੰਦੇ ਹਾਂ